ਵੀ ਜੋ ਤਾਪਮਾਨ ਹੈ ਉਹ 45 ਡਿਗਰੀ ਤੋਂ ਵੱਧ ਹੈ, ਜਿਹਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਜਿਵੇਂ ਕਿ ਅਧਿਕਾਰੀਆਂ ਦੇ ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਸੀ, ਨਿਰਦੇਸ਼ਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਲੋਕਾਂ ਦੀ ਸਹੂਲਤ ਦਾ ਪੂਰਾ ਇੰਤਜ਼ਾਮ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ, ਚਾਹੇ ਉਹ ਪੀਣ ਦਾ ਪਾਣੀ ਹੋਵੇ, ਕੂਲਰ ਹੋਣ ਜਾਂ ਫਿਰ ਉਹ ਟੈਂਟ ਦੀ ਸੁਵਿਧਾ ਹੋਵੇ, ਉਹ ਲੋਕਾਂ ਨੂੰ ਮੁਹੱਈਆ ਕਰਾਈ ਜਾਊਗੀ। ਲੇਕਿਨ ਤਨਾਜ਼ ਪਿੰਡ ਦੇ ਵਿੱਚ ਕੁਛ ਪੋਲਿੰਗ ਬੂਥ ਇਹੋ ਜਿਹੇ ਸੀਗੇ ਜਿੱਥੇ ਇਹ ਸਹੂਲਤਾਂ ਉਪਲਬਧ ਨਹੀਂ ਸੀਗੀਆਂ, ਜਿਹਦੇ ਕਰਕੇ ਲੋਕ ਜਿਹੜੇ ਨੇ ਉਹ ਭੜਕ ਪਏ ਤੇ ਉਹਦੇ ਨਾਲ ਹੀ ਉਹ ਪੁਲਿਸ ਦੇ ਨਾਲ ਧੱਕਾਮੁੱਕੀ ਕਰਨ ਦੇ ਉੱਪਰ ਆ ਗਏ, ਜਿਹਦੇ ਕਰਕੇ ਥੋੜੀ ਜਿਹੀ ਬਹਿਸਬਾਜ਼ੀ ਜਿਹੜੀ ਚੰਡੀਗੜ੍ਹ ਪੁਲਿਸ ਅਤੇ ਲੋਕ ਜਿਹੜੇ ਆਮ ਜਨਤਾ ਜਿਹੜੇ ਤੇ ਵੋਟ ਕਰਨ ਦੇ ਲਈ ਪਹੁੰਚੀ ਸੀ ਉਹਨਾਂ ਦੇ ਵਿੱਚ ਹੋਈ ਸੀ। ਉਹ ਤੋਂ ਬਾਅਦ ਕੁਝ ਪਵਿੱਤ, ਕਿੰਨੇ ਕੁ ਲੋਕ ਜਿਹੜੇ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਪਹੁੰਚੇ ਹੋਏ ਨੇ, ਕਿਉਂਕਿ ਗਰਮੀ ਦਾ ਮੌਸਮ ਹੈ ਤਾਂ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ, ਤਾਂ ਇਸ ਦਾ ਕੀ ਅਸਰ ਜਿਹੜਾ ਉੱਥੇ ਦੇਖਣ ਨੂੰ ਮਿਲ ਰਿਹਾ? ਮਤਦਾਤਾ ਨੇ ਉਹ ਵੋਟ ਪਾਣਗੇ, ਜਿਹਦੇ ਵਿੱਚ 34,000 ਦੇ ਕਰੀਬ ਜਿਹੜੇ ਨੇ ਉਹ ਪੁਰਸ਼ ਨੇ, 31,000 ਦੇ ਕਰੀਬ ਜਿਹੜੇ ਨੇ ਮਹਿਲਾਵਾਂ ਨੇ ਤੇ 35,000 ਜੈਂਡਰ ਨੇ। ਇਹਨਾਂ ਤੋਂ ਇਲਾਵਾ ਅਗਰ ਅਸੀਂ ਵੋਟਰ ਦੀ ਸੰਖਿਆ ਦੀ ਗੱਲ ਕਰੀਏ ਜਿਹੜੇ ਫਸਟ ਟਾਈਮ ਵੋਟਰ ਨੇ ਉਹਨਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਸੰਜੇ ਟੰਡਨ, ਬੀਜੇਪੀ ਦੇ ਉਮੀਦਵਾਰ ਨੇ, ਔਰ ਇਹਨਾਂ ਦੋਵਾਂ ਉਮੀਦਵਾਰਾਂ ਦੇ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਜਿੱਤੇਗਾ ਕੌਣ ਹੈ ਜਨਤਾ ਨੇ ਤੈਅ ਕਰਨਾ ਹੈ, ਕਿਸ ਉਮੀਦਵਾਰ ਨੂੰ MP ਬਣਾ ਕੇ ਉਹ ਦਿੱਲੀ ਦੀਆਂ ਪਾਰਲੀਮੈਂਟ ਪੌੜੀਆਂ ਦੇ ਵਿੱਚ ਚੜਾਉਂਦੇ ਨੇ। ਇਹ 4 ਜੂਨ ਨੂੰ ਤਸਵੀਰ ਸਾਫ਼ ਹੋ ਜਾਏਗੀ। ਤਾਂ ਫਿਲਹਾਲ ਇਹ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਾਰਾ ਜੋ ਮਾਹੌਲ ਹੈ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। 37.95% ਜਿਹੜੀ ਵੋਟਿੰਗ ਹੈ ਜਲੰਧਰ ਦੇ ਵਿੱਚ ਹੋਈ ਹੈ, 1 ਵਜੇ ਤਾਂ ਜੇਕਰ ਜ਼ਿਕਰ ਕਰੀਏ ਤਾਂ 14% ਜਿਹੜੀ ਇੱਥੇ ਹੈ ਵੋਟਿੰਗ ਹੋ ਚੁੱਕੀ ਹੈ, 40% ਵੋਟਿੰਗ ਜਿਹੜੀ 1 ਵਜੇ ਤੱਕ ਹੋਈ ਹੈ। ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਹਰ 1 ਘੰਟੇ 2 ਘੰਟੇ ਬਾਅਦ ਜਿਹੜਾ ਅੰਕੜਾ ਉਹ ਜਾਰੀ ਕੀਤਾ ਜਾਂਦਾ ਹੈ। ਤਾਂ ਪੁਲਿਸ ਅਤੇ ਵੋਟਰਾਂ ਦੇ ਵਿਚਾਲੇ ਧੱਕੇਮੁੱਕੀ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ, ਜਿੱਥੇ ਪੁਖਤਾ ਪ੍ਰਬੰਧ ਨਹੀਂ ਸੀ, ਇੰਤਜ਼ਾਮ ਨਹੀਂ ਸੀ, ਜਿਹੜੇ ਵੋਟਰ ਉੱਥੇ ਵੋਟ ਪਾਉਣ ਦੇ ਲਈ ਆ ਰਹੇ ਸੀ ਉਹਨਾਂ ਦੇ ਲਈ ਨਾ ਪਾਣੀ ਦਾ ਪ੍ਰਬੰਧ ਸੀ, ਨਾ ਕਿਸੇ ਤਰ੍ਹਾਂ ਦਾ ਕੋਈ ਟੈਂਟ ਲਗਾਇਆ ਗਿਆ ਸੀ। ਹਾਲਾਂਕਿ ਗਰਮੀ ਬਹੁਤ ਜ਼ਿਆਦਾ, ਫਿਰ ਵੀ ਕਈ ਲੋਕ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਕੇ ਆਪਣੀ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਨੇ। ਤਾਂ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਲੋਕ ਜਿਹੜੇ ਨੇ ਉਹਨਾਂ ਦੀ ਝੜਪ ਹੋਈ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਜੋ ਮਾਮਲਾ ਹੈ ਉਹ ਥੋੜ੍ਹਾ ਵਿਗੜਦਾ ਹੋਇਆ ਨਜ਼ਰ ਜ਼ਰੂਰ ਆਇਆ। ਚੰਡੀਗੜ੍ਹ ਇਤਿਹਾਸ ਦਾ ਪੂਰਾ ਮਾਮਲਾ ਹੈ ਜਿੱਥੇ ਵੋਟਿੰਗ ਦੇ ਦੌਰਾਨ ਝੜਪ ਹੋਈ ਹੈ। ਤਾਂ ਪੰਜਾਬ ਔਰ ਚੰਡੀਗੜ੍ਹ, ਹਿਮਾਚਲ ਦੇ ਵਿੱਚ ਲਗਾਤਾਰ 18ਵੀਂ ਲੋਕ ਸਭਾ ਦੇ ਲਈ ਵੋਟਿੰਗ ਹੋ ਰਹੀ ਹੈ। ਲੋਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਇਸ ਦੌਰਾਨ ਦੇਖਣ ਨੂੰ ਮਿਲ ਰਿਹਾ। ਕਈ ਥਾਵਾਂ ਤੋਂ ਝੜਪ ਦੀਆਂ ਹੋਰ ਤਸਵੀਰਾਂ ਵੀ ਆਈਆਂ ਸੀ, ਤਾਂ ਮਨੋਜ ਜੀ ਮੇਰੇ ਨਾਲ ਜੁੜੇ ਹੋਏ ਨੇ ਇਹ ਵੀ। ਬਿਲਕੁਲ ਸਹੀ ਕਹਿ ਰਹੇ ਹੋ ਆਪ, ਲਗਾਤਾਰ ਇਹ ਚੁੱਕੀ ਆਖਰੀ ਚਰਣ ਹੈ ਲੋਕ ਸਭਾ ਚੁਣਾਵ 2024 ਕੋ ਲੇਕਰ ਕੇ, ਔਰ ਬਹੁਤ ਮਹੱਤਵਪੂਰਨ ਇਹ ਪੰਜਾਬ ਕੇ ਲੀ, ਚੰਡੀਗੜ੍ਹ ਕੇ ਲੀ, ਹਿਮਾਚਲ ਪ੍ਰਦੇਸ਼ ਕੇ ਲੀਏ, ਕਿਉਂਕਿ ਇਨ ਤੀਨੋਂ ਹੀ ਰਾਜਿਓ ਮੇ ਲੋਕ ਸਭਾ ਚੁਣਾਵ ਕੇ ਲੀਏ ਜੋ ਸੀਟੇ ਹੈ, 13 ਸੀਟੇ ਪੰਜਾਬ ਕੀ ਬਾਤ ਕਰੇ, 1 ਸੀਟ ਚੰਡੀਗੜ੍ਹ ਕੀ ਬਾਤ ਕਰੇ, ਹਿਮਾਚਲ ਕੀ 4 ਸੀਟੇ ਇਸ ਪਰ ਚੁਣਾਵ ਹੋ ਰਹੇ ਹੈ। ਹਿਮਾਚਲ ਮੇ ਇਸੀ ਕੇ ਸਾਥ ਸਾਥ 6 ਵਿਧਾਨ ਸਭਾ ਸੀਟੋਂ ਪਰ ਉਪ ਚੁਣਾਵ ਵੀ ਹੋ ਰਹੇ ਹੈ।